ਖਬਰਾਂ ਦੀ ਸ਼ੁਰੂਆਤ ਵੱਡੀ ਖਬਰ ਤੋਂ ਤਸਵੀਰਾਂ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਮੋਨਕ ਦੀਆਂ ਨੇ ਜਿੱਥੇ ਨਸ਼ਾ ਛੱਡਣ ਵਾਲਿਆਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਦਰਅਸਲ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਕੁਝ ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਕਸਮ ਖਾਧੀ ਸੀ, ਪਰ ਪੰਜਾਬ ਸਰਕਾਰ ਦੇ 3 ਸਾਲ ਬੀਤ ਜਾਣ ਤੋਂ ਬਾਅਦ ਵੀ ਨਸ਼ਾ ਖਤਮ ਕਰਨ ਦੇ ਦਾਅਵੇ ਖੋਖਲੇ ਵਿਖਾਈ ਦੇ ਰਹੇ ਨੇ। ਅਜਿਹੀ ਇੱਕ ਤਸਵੀਰ ਵੇਖਣ ਨੂੰ ਮਿਲੀ ਪੰਜਾਬ ਦੇ ਮੋਨਕ 'ਚ, ਜਿੱਥੇ ਨਸ਼ੇ ਦੇ ਆਦੀ ਲੋਕ ਨਸ਼ਾ ਛੱਡਣ ਲਈ ਦਵਾਈ ਮੰਗ ਰਹੇ ਨੇ, ਪਰ ਸਰਕਾਰ ਉਹਨਾਂ ਨੂੰ ਦਵਾਈ ਉਪਲਬਧ ਨਹੀਂ ਕਰਾ ਰਹੀ। ਮੂਨਕ ਦੇ ਸਰਕਾਰੀ ਹਸਪਤਾਲ 'ਚ ਲੋਕ ਵੱਡੀ ਗਿਣਤੀ 'ਚ ਵਿਖਾਈ ਦਿੱਤੇ, ਜਿਸ ਦੇ ਵਿੱਚ ਜ਼ਿਆਦਾਤਰ ਬਜ਼ੁਰਗ ਸਨ ਤੇ ਜੋ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਕਰਨ ਦੇ ਆਦੀ ਸਨ। ਇਹ ਲੋਕ ਨਸ਼ਾ ਛੱਡਣ ਲਈ ਖੁਦ ਚੱਲ ਕੇ ਹਸਪਤਾਲ ਵਿੱਚ ਆਏ ਤੇ ਨਸ਼ਾ ਛੱਡਣ ਦੀ ਦਵਾਈ ਮੰਗ ਰਹੇ ਨੇ, ਪਰ ਸਰਕਾਰੀ ਹਸਪਤਾਲ ਦੇ ਹਾਲਾਤ ਅਜਿਹੇ ਨੇ ਕਿ ਇੱਥੇ ਨਸ਼ਾ ਛੱਡਣ ਦੀ ਕੋਈ ਦਵਾਈ ਉਪਲਬਧ ਨਹੀਂ ਹੋਈ। ਦੱਸ ਦਈਏ ਕਿ ਬਹੁਤੇ ਲੋਕ ਚੂਰਾ ਪੋਸਟ ਤੇ ਕੁਝ ਲੋਕ ਹੈਰੋਇਨ ਦੇ ਵੀ ਆਦੀ ਨੇ। ਗੋਲੀਆਂ ਵੈਸੇ ਧਰਨਾ ਲਾਇਆ, ਸਾਨੂੰ ਸਹੀ ਗੋਲੀਆਂ ਨਹੀਂ ਮਿਲਦੀਆਂ। ਇੱਕ ਜਿਹਦੀ 4 ਗੋਲੀਆਂ ਉਹਦੀ 3 ਕਰਦੀਆਂ, ਜਿਹਦੀਆਂ 3 ਨੇ ਉਹਦੀਆਂ 2 ਕਰਦੀਆਂ, 2 ਵਾਲੇ ਵੀ 1 ਕਰਦੀ। ਗੋਲੀਆਂ ਘਟਾਤੀਆਂ, ਸਾਨੂੰ ਫਿਰ ਵੀ ਨਹੀਂ ਮਿਲਦੀਆਂ। ਕਿੰਨੇ ਦਿਨ ਤੋਂ ਹੈਰਾਨ ਪਰੇਸ਼ਾਨ ਹੋ ਰਹੇ ਤੁਸੀਂ? ਅਸੀਂ, ਸਾਨੂੰ ਮਹੀਨਾ ਹੋ ਗਿਆ, ਸਵੇਰੇ 8 ਵਜੇ ਆ ਜਾਂਦੇ ਹਾਂ ਤਾਂ 3 ਵਜੇ ਘਰ ਜਾਂਦੇ ਹਾਂ, 1 ਵਜੇ ਦਵਾਈ ਆਉਂਦੀ ਹੈ, ਸਾਰੀ ਦਿਹਾੜੀ ਬਹਿ ਕੇ ਇੱਥੇ ਸਾਡਾ ਕੋਈ ਨਾ ਇੱਥੇ ਪਾਣੀ ਨਾ ਕੋਈ ਕੋਈ ਚੀਜ਼ ਇੱਥੇ ਕੁਛ ਨਹੀਂ ਹੈਗਾ, ਨਾ ਪੱਖਾ ਨਹੀਂ ਹੈਗਾ। ਸਾਰੀ ਦਿਹਾੜੀ ਆ 400 ਬੰਦਾ ਬਦੀਨ ਹੋ ਕੇ ਘਰ ਮੁੱਕ ਜਾਂਦਾ। ਕੀ ਕਾਰਨ ਹੋਰ ਹਸਪਤਾਲ 'ਚ ਦਵਾਈ ਮਿਲਦੀ? ਅਸੀਂ ਇਹ ਕਹਿੰਦੇ ਵੀ ਸਾਨੂੰ ਦਵਾਈ ਮਿਲ ਜੇ, ਅਸੀਂ ਆਪਣੇ ਘੱਟ ਹੋਈ ਨਾ, ਅਸੀਂ ਆਪਣੇ ਘਰ ਜਾਈਏ ਦਵਾਈ ਲੈ ਜਾਂਦੇ। ਹੋਰ ਹਸਪਤਾਲ 'ਚ ਦਵਾਈ ਮਿਲ ਰਹੀ ਹੈ? ਸਾਰੇ ਮਿਲਦੀ ਹੈ, ਲਹਿਰੇ ਮਿਲਦੀ ਹੈ, ਪਤੜਾ ਮਿਲਦੀ ਹੈ, ਹੋਰ ਹਫਤਾ ਮਿਲਦੀ, ਖਰੌਰੀ ਮਿਲਦੀ ਹੈ। ਸਾਡੇ ਹਸਪਤਾਲ ਨੂੰ ਪਤਾ ਨਹੀਂ ਕੀ ਹੋ ਗਿਆ, ਇੱਥੇ ਕਿਉਂ ਨਹੀਂ ਦਵਾਈ ਆ ਰਹੀ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿੰਦੇ ਸਾਨੂੰ ਦਵਾਈ ਮਿਲੇ, ਟਾਈਮ ਨਾਲ ਮਿਲੇ, 8-9 ਵਜੇ ਮਿਲੇ, ਅਰੇ ਆਪਣੇ ਘਰ ਨੂੰ ਜਾਈਏ। ਕੋਈ ਦਿਹਾੜੀਦਾਰ ਹੈ, ਕੋਈ ਜ਼ਿਮੀਂਦਾਰ ਹੈ, ਆਪਣਾ ਕੰਮ ਕਰੀਦਾ। ਰੀਜ਼ਨ ਇਹੀ ਹੈ ਕਿ ਮੈਡੀਸਨ ਦੀ ਸ਼ੋਰਟੇਜ ਬਹੁਤ ਚੱਲ ਰਹੀ ਹੈ, ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਹੈ, ਪੇਸ਼ੈਂਟ ਮਰੀਜ਼ ਬਹੁਤ ਜ਼ਿਆਦਾ ਵੱਧ ਗਏ ਆ, ਬਟ ਜਿਹੜੀ ਪ੍ਰੋਡਕਸ਼ਨ ਆ ਉਸ ਲੈਵਲ 'ਤੇ ਨਹੀਂ ਹੈ ਇਹਨਾਂ ਦੀ ਡਿਮਾਂਡ ਨੂੰ ਫੁਲਫਿਲ ਕਰਨ ਵਾਸਤੇ। ਸਰ, ਇਹਨਾਂ ਦਾ ਕਹਿਣਾ ਵੀ ਸਾਨੂੰ ਅਸੀਂ ਕਈ ਵਾਰ 5-5 ਦਿਨਾਂ ਬਾਅਦ ਦਵਾਈ ਲੈਣ ਆਉਂਦੇ ਹਾਂ, ਫਿਰ ਵੀ ਸਾਨੂੰ ਦਵਾਈ ਨਹੀਂ ਮਿਲਦੀ ਹੈਗੀ, ਕੀ ਕਾਰਨ ਹੈ? ਨਹੀਂ, ਇਹ ਤਾਂ ਕੋਈ ਗੱਲ ਨਹੀਂ ਹੈਗੀ ਵੀ ਦਵਾਈ ਨਾ ਮਿਲਦੀ ਹੋਵੇ, ਕਿਉਂਕਿ ਪਹਿਲਾਂ ਚਲੋ ਇੱਦਾਂ ਹੁੰਦਾ ਸੀ, ਪਹਿਲਾਂ ਇਹ ਡਿਮਾਂਡ 5-5 ਦਿਨਾਂ ਦੀ ਕਰ ਲੈਂਦੇ ਸੀ ਇਕੱਠੀ, 6 ਦਿਨਾਂ ਦੀ ਕਰ ਲੈਂਦੇ ਸੀ ਜਦੋਂ ਲੋਕਡਾਊਨ ਸਟਾਰਟ ਹੋਇਆ ਸੀ। ਉਸ ਟਾਈਮ ਸਾਨੂੰ ਗਾਈਡਲਾਈਨ ਵੀ ਸੀਗੀ ਵੀ ਲੋਕਡਾਊਨ ਕਰਕੇ ਵੀ ਟਰਾਂਸਪੋਰਟ ਚੀਜ਼ ਨਹੀਂ ਹੈਗੀ, ਵੀ ਜਿੰਨੀ ਵੀ ਹੋ ਸਕਦੀ ਇਹਨਾਂ ਨੂੰ ਮੈਕਸੀਮਮ ਦਿਨਾਂ ਦੀ ਦਿੱਤੀ ਜਾਵੇ। ਉਸ ਟਾਈਮ ਇਹਨਾਂ ਨੂੰ 5 ਦਿਨਾਂ ਦੀ, 10 ਦਿਨਾਂ ਦੀ, ਹਫ਼ਤੇ ਦੀ ਲੋੜ ਅਨੁਸਾਰ ਉਹਨਾਂ ਨੂੰ ਅਵੇਲੇਬਲ ਕਰਾ ਦਿੰਦੇ ਸੀ। ਸਰ, ਕਹਿ ਰਹੇ ਨੇ ਹੋਰ ਹਸਪਤਾਲਾਂ 'ਚ ਵੀ ਦਵਾਈ ਮਿਲ ਰਹੀ ਹੈ ਸਰ, ਇਹ ਜੀ ਇੱਥੇ ਕਿਉਂ ਨਹੀਂ ਮਿਲ ਰਹੀ? ਹੋਰ ਹਸਪਤਾਲਾਂ 'ਚ ਦਵਾਈ ਮਿਲ ਰਹੀ, ਇਹਨਾਂ ਦਾ ਕਹਿਣਾ ਜੀ? ਨਹੀਂ, ਇਹ ਕੋਈ ਨਹੀਂ ਹੈਗਾ। ਇਹ ਦੇਖੋ, ਇਹ ਜਿਹੜੇ ਵੀ ਆਪਣੇ ਸੰਗਰੂਰ ਬਲੋਕ ਦੇ ਵਿੱਚ ਜਿੰਨੇ ਵੀ ਸੈਂਟਰ ਹੈਗੇ ਨੇ, ਜਿੰਨੇ ਵੀ SDH ਹੈ, ਜਿੰਨੇ ਵੀ CSC ਨੇ, ਉਹ ਸਾਰੇ ਸੰਗਰੂਰ ਤੋਂ ਹੀ ਲੈ ਕੇ ਆਉਂਦੇ ਨੇ। ਹੁਣ ਸੰਗਰੂਰ ਤੋਂ ਹੀ, ਸੰਗਰੂਰ ਦੇ ਸੈਂਟਰ ਤੋਂ ਹੀ ਆਪਾਂ ਨੂੰ ਡੇਲੀ ਜਿੰਨੀ ਰਿਕੁਆਇਰਮੈਂਟ ਹੁੰਦੀ ਹੈ ਬਸ ਉਨੀ ਕੁ ਮੈਡੀਸਨ ਮਿਲਦੀ ਆ। ਇਸ ਕਰਕੇ ਫਿਰ ਡੇਲੀ ਸਾਡਾ ਇੱਕ ਬੰਦਾ ਜਾਂਦਾ ਸਪੈਸ਼ਲ, ਅਤੇ ਡੇਲੀ ਦਵਾਈ ਮੈਡੀਸਨ ਲੈ ਕੇ ਆਉਂਦਾ, ਅਤੇ ਡੇਲੀ ਫਿਰ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਾ ਦਿੰਦੇ ਹਾਂ। ਅਤੇ ਆਪਣਾ ਸੈਂਟਰ ਸਭ ਤੋਂ ਦੂਰ ਪੈਂਦਾ ਆਪਣੇ ਡਿਸਟ੍ਰਿਕਟ ਤੋਂ, ਇਸ ਕਰਕੇ ਆਪਣੇ ਕੋਲ ਥੋੜ੍ਹੀ ਦੇਰ। You are watching NC7 News. To give advertisement for flash ad, video ad and paid stories on this channel, contact us on 9855858559.